ਭਾਰੀ ਬਾਰਿਸ਼ ਨਾਲ ਲੋਕਾਂ ਦਾ ਜਨ ਜੀਵਨ ਤਬਾਹੀ ਕੰਢੇ ਪਹੁੰਚ ਚੁੱਕਿਆ ਹੈ ਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਦੇ ਦਾਅਵੇ ਵੀ ਮੀਂਹ ਦੇ ਪਾਣੀ ਨਾਲ ਰੁੜ ਚੁੱਕੇ ਹਨ। ਜੀ ਹਾਂ, ਕੁਝ ਅਜਿਹਾ ਹੀ ਦਿਖਾ ਰਹੀਆਂ ਨੇ ਇਹ ਤਸਵੀਰਾਂ। ਇਹਨਾਂ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਤਸਵੀਰਾਂ ਪਿੰਡ ਚਾਟੀਵਿੰਡ ਖਾਲਸਾ ਨਗਰ ਕੋਟ ਮੀਤ ਸਿੰਘ ਦੀਆਂ ਹਨ ਤੇ ਇਹਨਾਂ ਤਸਵੀਰਾਂ ਵਿੱਚ ਜੋ ਲੋਕ ਦਿਖਾਈ ਦੇ ਰਹੇ ਹਨ ਉਹ ਇੱਥੋਂ ਦੇ ਵਾਸੀ ਹਨ। ਵਾਲਮੀਕਿ ਭਾਈਚਾਰੇ ਦੇ ਪ੍ਰਧਾਨ ਗੁਰਦਿੱਤਾ ਸਿੰਘ ਅਤੇ ਲੱਕੀ ਸਿੰਘ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਉਹਨਾਂ ਦੇ ਇਲਾਕੇ ਦਾ ਅਕਾਲੀ ਕੌਂਸਲਰ ਅਮਰੀਕ ਸਿੰਘ ਲਾਲੀ ਇਸ ਇਲਾਕੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ, ਜਿਸ ਦੇ ਚਲਦੇ ਥੋੜਾ ਜਿਹਾ ਮੀਂਹ ਪੈਣ ਤੇ ਵੀ ਪਿੰਡ ਵਿੱਚ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਇਲਾਕੇ ਦਾ ਸੁਧਾਰ ਕੀਤਾ ਜਾਵੇ। ਸਾਡੇ ਇਲਾਕੇ ਦਾ ਬਹੁਤ ਹਾਲਾਤ ਮਾੜੇ ਆ ਜੀ, ਅਸੀਂ ਕੌਂਸਲਰ ਵੱਲ ਗਏ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਕਿ ਸਾਨੂੰ ਇਲਾਕਾ ਵਧੀਆ ਚਾਹੀਦਾ ਜੀ, ਇੱਥੋਂ ਦਾ ਕੋਈ ਕਾਰਵਾਈ ਚਾਹੀਦੀ ਕੀਤੀ। ਅਸੀਂ ਦੋ ਤਿੰਨ ਵਾਰ ਗਏ ਹਾਂ ਜੀ, ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਉਹਨਾਂ ਕਿਹਾ ਗਾੜੀ ਜਿਹੜੀ ਸਰਕਾਰ ਦਿੱਤੀ ਉਹਨੂੰ ਕਹੋ ਜਾ ਕੇ। ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਇੱਥੋਂ ਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਹਦਾ ਲੱਗਦਾ ਸੁਧਾਰ ਕੀਤਾ ਜਾਵੇ। ਉਹ ਸਪੀਚ ਕਰਦੇ ਹਾਂ ਕਿ ਸਾਡੇ ਇਲਾਕੇ ਦਾ ਬਹੁਤ ਹੀ ਬੁਰਾ ਹਾਲ ਹੈ, ਬੱਚਿਆਂ ਲੰਘਣ ਤੋਂ ਬਹੁਤ ਤੰਗ ਆ, ਸਿਆਣੇ ਬਜ਼ੁਰਗ ਬਹੁਤ ਤੰਗ ਆ ਕਿ ਗਲੀਆਂ ਗਲੀ ਦਾ ਕੋਈ ਮਹੱਲੇ ਦਾ ਕੋਈ ਸੁਧਾਰ ਨਹੀਂ। ਅਮਰੀਕ ਸਿੰਘ ਲਾਲੀ ਕੋਲ ਜਾ ਕੇ ਬੜੀ ਵਾਰੀ ਦੁਨੀਆ ਜਾਂ ਬੜਾ ਮੁਲਕ ਅਸੀਂ ਟਰਾਲੀਆਂ ਭਰ ਭਰ ਕੇ ਅਮਰੀਕ ਸਿੰਘ ਲਾਲੀ ਕੌਂਸਲਰ ਦੇ ਕੋਲ ਗਏ ਹਾਂ, ਪਰ ਸਾਡੀ ਕੋਈ ਸੁਣਾਈ ਨਹੀਂ ਕੀਤੀ ਗਈ। ਅਸੀਂ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਤੋਂ ਦੁਨੀਆ ਦੇ ਕੁਝ ਨਾ ਕੁਝ ਸੁਧਾਰ ਕੀਤਾ ਜਾਵੇ, ਜਿਹਦੇ ਨਾਲ ਸਾਡੇ ਬੱਚੇ ਸੌਖੇ ਲੰਘ ਸਕਣ ਅਤੇ ਗਲੀਆਂ ਬਾਜ਼ਾਰਾਂ ਦਾ ਸੁਧਾਰ ਕੀਤਾ ਜਾਵੇ ਕਿ ਅਸੀਂ ਵੀ ਸੌਖੇ ਬਜ਼ੁਰਗ ਜਿਹੜੇ ਆ ਡਿੱਗ ਡਿੱਗ ਕੇ ਸੱਟਾਂ ਲਵਾਉਣ ਡਏ ਆ, ਬੱਚੇ ਜਿਹੜੇ ਆ ਕਿਤਾਬਾਂ ਪੈਨਸਲ ਬਸਤੇ ਲੈ ਕੇ ਸਕੂਲ ਨੂੰ ਜਾਂਦੇ ਆ ਪਾਣੀ ਦੇ ਵਿੱਚ ਡੁੱਬਣ ਡਏ ਆ, ਬੁਰਾ ਹਾਲ ਆ, ਲੰਘਣ ਦਾ ਕੋਈ ਸਾਧਨ ਸੁਧਾਰ ਨਹੀਂਗਾ। ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਦੀ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ, ਜਲਦੀ ਤੋਂ ਜਲਦੀ ਸਾਡੇ ਇਲਾਕੇ ਦਾ ਸੁਧਾਰ ਕੀਤਾ ਜਾਵੇ। ਇਸ ਇਲਾਕੇ ਤੋਂ ਬਹੁਤ ਪਰੇਸ਼ਾਨ ਹੈਗੇ ਹਾਂ, ਮੈਨੂੰ ਇੰਨੇ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਪਰ ਅੱਜ ਤੱਕ ਦੀਆਂ ਕੰਧਾਂ ਤੱਕ ਇੱਥੋਂ ਦੀ ਕੋਈ ਸੜਕ ਨਹੀਂ ਬਣੀ। ਜਿਹੜੀ ਵੀ ਸਰਕਾਰ ਆਉਂਦੀ ਹੈ ਆਪਣੀਆਂ ਵੋਟਾਂ ਲੈ ਕੇ ਅਤੇ ਆਪਣਾ ਕੰਮ ਕਰਕੇ ਚੱਲ ਜਾਂਦੀ ਹੈ। ਜਦੋਂ ਅਸੀਂ ਉਹਨਾਂ ਕੋਲ ਜਾਂਦੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਉਹ ਕਹਿੰਦੇ ਜੀ ਕੱਲ੍ਹ ਕਰਾਂਗੇ ਜੀ, ਅੱਜ ਕਰਾਂਗੇ ਜੀ, ਕੋਈ ਸੁਣਵਾਈ ਨਹੀਂ ਹੁੰਦੀ। ਸਾਡੀ ਇਹੋ ਬੇਨਤੀ ਹੈਗੀ ਆ ਸਾਡੇ ਇਲਾਕੇ ਦਾ ਸੁਧਾਰ ਕੀਤਾ ਜਾਵੇ, ਪਾਣੀ ਕਨੈਕਸ਼ਨ ਅਤੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਹੈਗੀ ਆ ਸਾਰੀ ਸੋਲਵ ਕੀਤੀ ਜਾਵੇ। ਇਸ ਵੱਲੋਂ ਅਸੀਂ ਬਹੁਤ ਪਰੇਸ਼ਾਨ ਹਾਂ, ਕੰਮ ਤੋਂ ਵੀ ਬਹੁਤ ਸਾਨੂੰ ਦਿੱਕਤ ਹੁੰਦੀ ਆ, ਬੱਚੇ ਸਕੂਲ ਜਾਂਦੇ ਆ ਅਤੇ ਗਾਰੇ ਨਾਲ ਲਿਬੜ ਕੇ ਆਉਂਦੇ ਆ ਅਤੇ ਪੈਦਲ ਬੰਦਾ ਲੰਘ ਨਹੀਂ ਸਕਦਾ, ਤੁਸੀਂ ਆਪ ਦੇਖ ਸਕਦੇ ਜੇ, ਅਤੇ ਬਹੁਤ ਹੀ ਪਰੇਸ਼ਾਨ ਹੈਗੇ ਆ। ਤੁਹਾਡੇ ਅੱਗੇ ਬੇਨਤੀ ਹੈਗੀ ਬਹੁਤ ਜ਼ਰੂਰੀ ਕਿ ਇਹ ਸਾਡੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ। ਉਹ ਕਰਦੇ ਹਾਂ ਜੀ ਸਾਡੇ ਇਲਾਕੇ ਨਿਵਾਸੀ ਦਾ ਸੁਧਾਰ ਕੀਤਾ ਜਾਵੇ, ਗਲੀਆਂ ਬਣ ਜਾਣ ਅਤੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਲੰਘਣ 'ਚ ਕੋਈ ਦਿੱਕਤ ਨਾ ਆਵੇ, ਆਮ ਬੰਦਾ ਅਰਮਾਨ ਨਾ ਜਾਵੇ, ਜਿਸ ਤਰ੍ਹਾਂ ਮਰਜ਼ੀ ਲਾਈਟ ਸਿਸਟਮ ਜੋ ਉਹਨਾਂ ਨੇ ਸਾਨੂੰ ਵਾਅਦੇ ਕੀਤੇ ਸੀ, ਪਰ ਅੱਜ ਦੀਆਂ ਕੰਧਾਂ ਤੱਕ ਉਹ ਵਾਅਦੇ ਕੋਈ ਨਹੀਂ ਪੂਰਾ ਹੈ। ਇਹਨਾਂ ਨੇ ਕਿਹਾ ਸੀ ਜੀ ਸੀਵਰੇਜ ਮਿਲਣਗੀਆਂ, ਵਾਟਰਫਾਲ ਮਿਲੇਗਾ, ਸਭ ਕੁਝ ਹੋਏਗਾ, ਕੁਛ ਨਹੀਂ ਹੋਇਆ ਜੀ। ਇੱਥੇ ਵੋਟਾਂ ਲੈ ਕੇ ਚੱਲ ਜਾਂਦੇ ਆ, ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਜਦੋਂ ਉਹਨਾਂ ਕੋਲ ਅਸੀਂ ਮੰਗ ਕਰਨ ਲਈ ਜਾਂਦੇ ਹਾਂ ਇਹ ਕਹਿੰਦੇ ਜੀ ਕੱਲ੍ਹ ਆਇਓ ਜੀ, ਹੋ ਜਾਏਗਾ ਜੀ, ਇਸ ਤਰ੍ਹਾਂ ਜਾਂ ਉਸ ਤਰ੍ਹਾਂ, ਕੋਈ ਕਾਰਵਾਈ ਨਹੀਂ ਹੁੰਦੀ ਇਹਨਾਂ ਦੇ। ਅੰਮ੍ਰਿਤਸਰ ਤੋਂ ਕੈਮਰਾਮੈਨ ਸਿਮਰਪ੍ਰੀਤ ਸਿੰਘ ਨਾਲ ਅਸ਼ਮੀ ਕੁਮਾਰ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988645443 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com।